ਦੇਖੋ ਸਿੱਧੂ ਇੱਕ ਡਾਊਨ ਟੂ ਅਰਥ ਸੀ ਸਿੱਖ ਤੇ ਗੁਰਬਾਣੀ ਨਾਲ ਜੁੜਿਆ ਹੋਇਆ ਬੱਚਾ ਸੀ ਠੀਕ ਆ ਮੈਂ ਉਹਨੂੰ 5 ਤੋਂ 6 ਵਾਰ ਮਿਲਿਆ ਬੜਾ ਚੰਗਾ ਇਨਸਾਨ ਸੀ ਦਿਨ ਦਿਹਾੜੇ ਪੰਜਾਬ ਦੀਆਂ ਰੋਡਾਂ ਦੇ ਉੱਤੇ ਕਤਲ ਕਰ ਦੇਣਾ ਗੋਲੀ ਮਾਰ ਕੇ ਸਰਕਾਰ ਸੁੱਤੀ ਪਈ ਸੀ ਸਰਕਾਰ ਜਮਾਂ ਸੁੱਤੀ ਪਈ ਸੀ ਜੇ ਸੱਚੀ ਸ਼ਰਧਾਂਜਲੀ ਦੇਣੀ ਆ ਨਾ ਮੇਰਾ ਦਿਲ ਦੀ ਭੜਾਸ ਇਹ ਆ ਕਿ ਬਾਏ ਇਲੈਕਸ਼ਨ ਦੇ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ ਮੈਂ ਇੱਕ ਕਾਂਗਰਸੀ ਹਾਂ ਮੈਂ ਕਹਿੰਦਾ ਤੁਸੀਂ ਦਲਵੀਰ ਗੋਲਡੀ ਨੂੰ ਵੋਟਾਂ ਨਹੀਂ ਪਾਉਣੀਆਂ ਨਾ ਪਾਓ ਬਟ ਸਿਮਰਜੀਤ ਮਾਨ ਨੂੰ ਪਾ ਕੇ ਉੱਥੇ ਜਿਤਾ ਦਿਓ ਇੱਕ ਵਾਰੀ ਜਿਤਾ ਦਿਓ ਇਹਨਾਂ ਨੂੰ ਪਤਾ ਲੱਗ ਜੂ ਜੇ ਤੁਹਾਨੂੰ 92 ਸੀਟਾਂ ਤੇ ਅਸੀਂ ਜਿਤਾ ਸਕਦੇ ਹਾਂ ਨਾ ਤੇ ਅਰਸ਼ੋਂ ਫਰਸ਼ ਤੇ ਵੀ ਲਾ ਕੇ ਰੱਖ ਕਦੇ ਤੁਸੀਂ ਜੇਲ੍ਹਾਂ ਦੇ ਵਿੱਚ ਜੈਂਬਰ ਲਾਉਣ ਦੀ ਹਰਜੋਤ ਬੈਂਸ ਗੱਲਾਂ ਕਰਦੇ ਫਿਰਦੇ ਆ 6 ਮਹੀਨੇ ਲੱਗਣਗੇ ਜੇ 6 ਮਹੀਨਿਆਂ ਦੇ ਵਿੱਚ ਇੱਕ ਕਤਲ ਹੋਰ ਹੋ ਗਿਆ ਕੋਈ ਫਿਰ ਕੌਣ ਹਰਜੋਤ ਬੈਂਸ ਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਸਸਗਾਲ ਜੀ ਪ੍ਰਾਈਮ ਉਹਦੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨੀਰਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਜਿਹੜੀ ਆ ਰੋਸ ਦੀ ਲਹਿਰ ਆ ਲੋਕਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਪ੍ਰਤੀ ਜਿਹੜਾ ਲੋਕਾਂ ਦਾ ਪਿਆਰ ਅੱਜ ਉਹ ਵੀ ਦੇਖਣ ਨੂੰ ਮਿਲ ਰਿਹਾ ਵਾ ਜਿੱਥੇ ਲੋਕ ਰੁੱਖ ਲਗਾ ਰਹੇ ਨੇ ਉਹਨਾਂ ਦੀ ਯਾਦ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉੱਥੇ ਹੀ ਜਿਹੜੀਆਂ ਠੰਡੇ ਪਾਣੀ ਦੀਆਂ ਛਬੀਲਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਲਗਾਈਆਂ ਜਾ ਰਹੀਆਂ ਕਿਉਂਕਿ ਗਰਮੀ ਦਾ ਮੌਸਮ ਆ ਅਕਸਰ ਇਹਨਾਂ ਦਿਨਾਂ ਦੇ ਵਿੱਚ ਛਬੀਲਾਂ ਲੱਗਦੀਆਂ ਨੇ ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਵਾ ਕਿ ਪੂਰੇ ਪੰਜਾਬ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇ ਤੌਰ ਤੇ ਜਿਹੜਾ ਮਿੱਠੇ ਪਾਣੀ ਛਬੀਲ ਆ ਜਾਂਦਾ ਮੇਰੇ ਪਿੱਛੇ ਤੁਸੀਂ ਪੋਸਟਰ ਦੇਖ ਸਕਦੇ ਹੋ ਆ ਲੱਗੇ ਹੋਏ ਸਿੱਧੂ ਮੂਸੇਵਾਲੇ ਦੇ ਲੱਗੇ ਨੇ ਤੇ ਬਾਕੀ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜਿਹੜੀ ਲੰਗਰ ਦੀ ਪ੍ਰਥਾ ਉਹ ਵੀ ਲਗਾਤਾਰ ਸਾਡੇ ਪੰਜਾਬ 'ਚ ਜਿਹੜੀ ਚੱਲਦੀ ਆ ਉਹ ਵੀ ਨਜ਼ਰ ਆ ਰਹੀ ਆ ਇਹ ਲੋਕਾਂ ਦਾ ਜਿਹੜਾ ਪਿਆਰ ਆ ਉਹ ਸਿੱਧੂ ਮੂਸੇਵਾਲੇ ਦੇ ਪ੍ਰਤੀ ਉਹ ਅੱਜ ਜ਼ਾਹਿਰ ਹੁੰਦਾ ਨਜ਼ਰ ਆ ਰਿਹਾ ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਵੀ ਆ ਤੇ ਲੋਕਾਂ ਨੂੰ ਜਿਹੜਾ ਵਾ ਸਮਝ ਨਹੀਂ ਆ ਰਹੀ ਕਿ ਜਿਹੜਾ ਉਹਨਾਂ ਦਾ ਹਰਮਨ ਪਿਆਰਾ ਜਿਹੜਾ ਗਾਇਕ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਜਾਂਦਾ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਇਸ ਵਿਸ਼ੇ ਤੇ ਵੀਰ ਵੀ ਨਾਲ ਨੇ ਵੀਰ ਕੀ ਕਹਿਣਾ ਚਾਹੋਗੇ ਸਿੱਧੂ ਮੂਸੇਵਾਲੇ ਦਾ ਜਿਸ ਤਰ੍ਹਾਂ ਕਤਲ ਹੋਇਆ ਜਿਸ ਛਬੀਲਾਂ ਛਬੀਲਾਂ ਵੀ ਲੱਗਦੀਆਂ ਰੁੱਖ ਵੀ ਲੱਗਦੇ ਆ ਤੇ ਪੱਗ ਦੀ ਵੀ ਗੱਲ ਕੀਤੀ ਉਹਨਾਂ ਨੇ ਵੀ ਜਿਹੜੇ ਨੌਜਵਾਨ ਨੇ ਉਹ ਪੱਗਾਂ ਵੀ ਵੱਧ ਤੋਂ ਵੱਧ ਬੰਨਣ ਕਿਉਂਕਿ ਦੇਖਿਆ ਜਾਵੇ ਤਾਂ ਜਦੋਂ ਉਹਨਾਂ ਦੇ ਭੋਗ ਵਾਲੇ ਦਿਨ ਵੀ ਜਿਹੜੇ ਨੌਜਵਾਨ ਸੀ ਪੱਗਾਂ ਜ਼ਿਆਦਾ ਬੰਨ ਗਏ ਸੀ ਕੀ ਕਹੋ ਦੇਖੋ ਸਿੱਧੂ ਇੱਕ ਡਾਊਨ ਟੂ ਅਰਥ ਸੀ ਸਿੱਖ ਤੇ ਗੁਰਬਾਣੀ ਨਾਲ ਜੁੜਿਆ ਹੋਇਆ ਬੱਚਾ ਸੀ ਠੀਕ ਆ ਮੈਂ ਉਹਨੂੰ 5 ਤੋਂ 6 ਵਾਰ ਮਿਲਿਆ ਬੜਾ ਚੰਗਾ ਇਨਸਾਨ ਸੀਗਾ ਦਿਨ ਦਿਹਾੜੇ ਪੰਜਾਬ ਦੀਆਂ ਰੋਡਾਂ ਦੇ ਉੱਤੇ ਕਤਲ ਕਰ ਦੇਣਾ ਗੋਲੀ ਮਾਰ ਕੇ ਸਰਕਾਰ ਸੁੱਤੀ ਪਈ ਸੀ ਸਰਕਾਰ ਜਮਾਂ ਸੁੱਤੀ ਪਈ ਸਿਕਿਉਰਿਟੀ ਵੀ ਕਹਿੰਦੇ ਵੀ ਉਹਨਾਂ ਨੂੰ ਜਨਤਕ ਕਰ ਦਿੱਤੀ ਗਈ ਆ ਜਿਹਦੇ ਕਰਕੇ ਫਿਰ ਹਾਈ ਕੋਰਟ ਨੇ ਪੁੱਛਿਆ ਭਗਵੰਤ ਮਾਨ ਨੂੰ ਸਪੈਸ਼ਲ ਪੁੱਛਿਆ ਵੀ ਤੂੰ ਕਿਹਦੇ ਅਦਾਰੇ ਦੇ ਵਿੱਚ ਰਹਿ ਕੇ ਕਿਸੇ ਇੱਕ VIP ਬੰਦੇ ਦੀ ਦੇਖੋ ਸਿੱਧੂ ਮੂਸੇਵਾਲਾ ਆਪਣੀ ਸੈਲਰੀ ਦੇ ਜਿਹੜੀ ਉਹਦੀ ਸਾਲ ਦੀ ਇਨਕਮ ਸੀ ਨਾ ਉਹਦੇ ਚੋਂ 3 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਨੂੰ ਦਿੰਦਾ ਸੀ ਉਹ ਤੇ ਉਹਨੂੰ ਸਿਕਿਉਰਿਟੀ ਦੇਣੀ ਭਗਵੰਤ ਮਾਨ ਨੂੰ ਕੀ ਔਖੀ ਸੀ ਠੀਕ ਆ ਨਾ ਸਾਡੇ ਮਨ ਸਰਕਾਰ ਦੀ ਅਣਗਹਿਲੀ ਕਰਕੇ ਹਾਰਾ ਹੋਇਆ ਮੈਂ ਕਹਿੰਦਾ ਸਰਕਾਰ ਨਹੀਂ ਓਨਲੀ ਫਰ ਭਗਵੰਤ ਮਾਨ ਦੀ ਅਣਗਹਿਲੀ ਕਰਕੇ ਕਿਉਂ ਕਿਉਂਕਿ ਉਹਦਾ ਨਾਮ ਆ ਰਿਹਾ ਸੀ ਕਿ ਸੰਗਰੂਰ ਤੋਂ ਜਿਮਨੀ ਚੋਣਾਂ ਲੜ ਸਕਦਾ ਸੀ ਉਹ ਬਾਈ ਇਲੈਕਸ਼ਨ ਲੜ ਸਕਦਾ ਸੀ ਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਪੰਜਾਬ ਦੇ ਵਾਸੀ ਆ ਤੁਹਾਡੇ ਪ੍ਰਾਈਮ ਉਹਦੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਸੀਂ ਛਬੀਲ ਲਾ ਕੇ ਸ਼ਰਧਾਂਜਲੀ ਦੇਤੀ ਰੁੱਖ ਲਾ ਕੇ ਸ਼ਰਧਾਂਜਲੀ ਦੇਤੀ ਕਿਸੇ ਨੇ ਪੱਗਾਂ ਬੰਨ ਕੇ ਸ਼ਰਧਾਂਜਲੀ ਦੇਤੀ ਉਹਦੇ ਮਾਂ ਪਿਓ ਨੇ ਹੱਥ ਜੋੜਤੇ ਉਹ ਸ਼ਰਧਾਂਜਲੀ ਦੇਤੀ ਲੱਖਾਂ ਦੀ ਤਦਾਦ 'ਚ ਇਕੱਠ ਹੋ ਗਿਆ ਆਪਾਂ ਸਾਰੇ ਜਾਣੇ ਜੇ ਸੱਚੀ ਸ਼ਰਧਾਂਜਲੀ ਦੇਣੀ ਆ ਨਾ ਮੇਰਾ ਦਿਲ ਦੀ ਭੜਾਸ ਇਹ ਆ ਕਿ ਬਾਏ ਇਲੈਕਸ਼ਨ ਦੇ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ ਮੈਂ ਇੱਕ ਕਾਂਗਰਸੀ ਹਾਂ ਮੈਂ ਕਹਿੰਦਾ ਤੁਸੀਂ ਦਲਵੀਰ ਗੋਲਡੀ ਨੂੰ ਵੋਟਾਂ ਨਹੀਂ ਪਾਉਣੀਆਂ ਨਾ ਪਾਇਓ ਬਟ ਸਿਮਰਜੀਤ ਮਾਨ ਨੂੰ ਪਾ ਕੇ ਉੱਥੇ ਜਿਤਾ ਦਿਓ ਇੱਕ ਵਾਰੀ ਜਿਤਾ ਦਿਓ ਇਹਨਾਂ ਨੂੰ ਪਤਾ ਲੱਗ ਜੂ ਜੇ ਤੁਹਾਨੂੰ 92 ਸੀਟਾਂ ਤੇ ਅਸੀਂ ਜਿਤਾ ਸਕਦੇ ਹਾਂ ਨਾ ਤੇ ਅਰਸ਼ੋਂ ਫਰਸ਼ ਤੇ ਵੀ ਲਾ ਕੇ ਰੱਖ ਸਕਦੇ ਹਾਂ ਇਹ ਗੈਂਗਸਟਰਵਾਦ ਖਤਮ ਇਦਾਂ ਹੀ ਹੋਣਾ ਜਦ ਤੱਕ ਪੰਜਾਬ ਦੀ ਜਨਤਾ ਹੁਣ ਲੱਖੇ ਸਿਧਾਣੇ ਨੂੰ ਮਿਲੀ ਹੋਈ ਹੈ ਲੱਗਦਾ ਕਿ ਪੰਜਾਬ ਦੇ ਪ੍ਰਤੀ ਜਿਹੜੇ ਨੌਜਵਾਨ ਬੋਲਦੇ ਨੇ ਯਾਰ ਉਹਨਾਂ ਨੂੰ ਇਦਾਂ ਹੀ ਚੁੱਪ ਕਰਾਇਆ ਜਾਂਦਾ ਇਦਾਂ ਹੀ ਚੁੱਪ ਕਰਾਇਆ ਜਾਂਦਾ ਗੈਂਗਵਾਰ ਕਰਾ ਕੇ ਚੁੱਪ ਕਰਾਇਆ ਜਾਂਦਾ ਹੁਣ ਗੈਂਗਸਟਰ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਕਿਹਨਾਂ ਦਾ ਹੱਥ ਆ ਉਹਨਾਂ ਤੇ ਉਹ ਕਿਵੇਂ ਅੰਦਰੋਂ ਬੈਠੇ ਸਿਸਟਮ ਚਲਾ ਲੈਂਦੇ ਆ ਕਦੇ ਤੁਸੀਂ ਜੇਲ੍ਹਾਂ ਦੇ ਵਿੱਚ ਜੈਂਬਰ ਲਾਉਣ ਦੀ ਹਰਜੋਤ ਬੈਂਸ ਗੱਲਾਂ ਕਰਦੇ ਫਿਰਦੇ ਆ 6 ਮਹੀਨੇ ਲੱਗਣਗੇ ਜੇ 6 ਮਹੀਨਿਆਂ ਦੇ ਵਿੱਚ ਇੱਕ ਕਤਲ ਹੋਰ ਹੋ ਗਿਆ ਕੋਈ ਫਿਰ ਕੌਣ ਹਰਜੋਤ ਬੈਂਸ ਜੀ ਜ਼ਿੰਮੇਵਾਰ ਹੋਣਗੇ ਇਸ ਗੱਲ ਪੰਜਾਬ ਦੇ ਵਿੱਚ ਲੱਗਦਾ ਕਿ ਜਿਹੜਾ ਹੱਕਾਂ ਦੇ ਲਈ ਬੋਲੂਗਾ ਜਾਂ ਕੋਈ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰੂਗਾ ਤਾਂ ਫਿਰ ਉਹਨਾਂ ਦਾ ਹਸ਼ਰ ਇਹੀ ਹੋਊਗਾ
हशर यही होगा। अपने लाने सिक्योरिटियां दी हूँ। मैं एक गल सच सॉरी एक गल होर करनी चाहना, कल परसों की वीडियो वायरल ही हो रही है, वह मंत्री स्टंट करता फिर इन्होंने कि वह माँ के पुत नहीं सके जोड़े खतरिया के जिप्सियों के पिछले लटका लटका के सनरूफ खोल के डैवर के अज महंगिया महंगिया गड्डिया व्डे व्डे लाने हो गए, भैनों चार चार गनमैन अठ अठ गनमैन मावों अठ अठ गनमैन। लगता कि सिद्धू मूसेवाले की सिक्योरिटी है जी वधानी चाहिए सी, तो जी एक सिक्योरिटी घटाई सी तो जनतक नहीं करनी चाहिए। हाँ सिद्धू मूसेवाले की सिक्योरिटी वधानी चाहिए क्योंकि वो सरकार के खजाने 3 करोड़ रुपया भी दिता सी। ठीक है जी, जे तुसी वापस ले सी तो जनतक ना कर, साडा सरकार वालों यही रोसा। धन्यवाद। सो अमन जी ने अमन जी की कहोगे अज स्वील लाई गई है, सिद्धू मूसेवाले के पोस्टर भी लगे आ, लगता कि उन्होंने श्रद्धांजलि दी जा रही है। पहला तो भाई जी खालसा भाई जी फतेह। स्पील तो असं हर साल लाने जी, तो स्पील के नाल नाल यह है कि बई हर सवार जी लगती है, तो ऐतकी जो कुछ लागी होया होया कि सिद्धू मूसेवाले के कांड मतलब गोलियां मतलब मारिया जाए ने दिन दिहाड़े कतल किया जाता है, असं वो मैटर अच्छा स्पीलों सारे कितने लग रही ने। ठीक है ना, वो गोलियां बजन तो बाद कि बई हूँ लोगों के मतलब कि जो रोस वो बढ़ता जाता है। ठीक है ना जी, तो प्यार भी कितना कितने देखने को मिल रहा है सिद्धू मूसेवाले के प्रति, क्योंकि लोग काफ़ी कहते हैं भी हाई लेवल से पूरे वर्ल्ड के ट्रेंडिंग से सी। प्यार तो है जी, देखो अज दुनिया के नाल ही है सारी, थानू पता ही है हूँ कल कल तो कहने की लड़ नहीं गई, वो तो तुम कट्ठ देख ही सकते हो जो उत्थे सी। ठीक है ना जी, अज असी भी स्पील लाई है, हर जगह पर स्पील लग रही है, हर जगह उत्ते पोस्टर भी लग रहे हैं सिद्धू मूसेवाले के, तो आप भी मतलब कि हर साल स्पील लाने थानू दस के हटे हैं, तो अज असी लग ही किया है कि बाई जी फोटो भी लाइया हुई पिछे, वो भी तुम कैप्चर कर सकते हो देख सकते हो। लोग रुख भी लगा रहे कितने कितने, वो भी एक चंगी गल आ कि एक उन्होंने श्रद्धांजलि देने का भी है, तो ना जो रुखा था जिसे करके जो अज की टाइम के देखा जाए तो गर्मी बहुत ज्यादा वा, तो भी घटूगी कितने कितने लोगों के भी संदेश आ रहे। बिल्कुल जी बिल्कुल, सारा कुछ जारी होगा, सारे सुनेहा है कि अपने एक एक जो है बई के ना का रुख लाया जाए, सारे कितने जो देखा जाए सारा मतलब कि बई अपना करके मेरे हिसाब से जिन्हें भी मेरे नाल दे नौजवान बुजुर्ग सारियां नूं ये काम करना चाहिए। लगता कि जिहड़ा हुण कतल होया वा कि सरकारां जिहड़ियां ने जिहड़े कातल ने उन्होंने जल्दी काबू कर लूगी करूगी भी, कि जां पहला वाले जिवें पहला माहौल आपां देखदे आं भी होया वा कतल फड़े नहीं जांदे हैगे ते खुलेआम फिरदे ने ते फॉर्मैलिटी करके बंद करदे ने, इदां दा कुछ होऊगा ते लगता कार्रवाई होगी फिर सरकार करू कुछ। बिल्कुल होगी जी कार्रवाई, हजे तक तो हुई नहीं गई जी, अगे तो हुण कह नहीं सकते, हुण सारा कुछ चली जा रहा थोड़े सामने ही है, कार्रवाइया किन्नियां हो रहीयां ने तो उस तो अगे किन्ना होगा तुसीं देख ही रहे हो, हुण तक तो कार्रवाई होनी चाहिए है, जिहड़े भी दोषी हैगे सारे फड़े जाण। लगता कि सरकार फिर उन्हों जल्दी तो जल्दी जोड़ा वे करना चाहिए सी, जिन्ना हमें लेट हो रहा वा शूटर के नाम भी मूहे आ रहे हैं भी आह ने और फड़े गए या नहीं फड़े गए, कुछ फड़े ने रिमांडते ने जोड़ा वह कह रहे हैं कि लॉरेंस बिश्नोई मास्टर माइंड से वो जेल के और तक की लगता भी और तक कार्रवाई होगी फिर। बिल्कुल होनी चाहिए है जी, बिल्कुल होनी चाहिए होगी भी तो होनी भी चाहिए है जी। जी की कहोगे जी अश्वील लाई गई है तो सिद्धू मूसेवाले ने श्रद्धांजलि दी है, लगता कि कातलों तो जी कार्रवाई जल्दी होगी? ये तो हम गवर्नमेंट देखो भी कातलों कई बार जल्दी जल्दी की जाए, अभी तो यही कहेंगे अज करा अगर तो बाकी है कि हमने तो गवर्नमेंट के उत्ते भी जिनी जल्दी करे तो वधिया गल है उस गल अभी तो यही है कि अभी तो वो श्रद्धांजलि यही दी है, कई ठंडे पानी दी छपीला लंगर लाया सारा कुछ किया उस करके, बाकी है गवर्नमेंट अगर भी साड़ी भी यही है कि जल्दी तो जल्दी जोड़े ये कातल फटे जा तो उन्होंने सज़ा मिली जाए। सो वीर जी भी नाल ने सोनी भाजी नाल ने, सोनी भाजी की कहोगे अज तुसी छबील लाई है कि नाल दे लंगर भी लाए या कल्ला ठंडे पानी की छबील? आप अज छोले पूरी का लंगर भी लाया जी, उन्होंने याद में लाया मूसेवाले साडे भरा ने जिन्हां दी इन्नी माड़ी घटना वापरी है, हुण दे माँ बाप नूं पुछ के देखो, उन्होंने यारां दोस्तां नूं पुछ के देखो, बहुत निंदा योग घटना है। यह लगता नहीं कि पंजाब दे विच गैंगस्टरवाद जिहड़ा दिनां पिछे काफ़ी समय से थोड़ा वधिया लगता वा जिहदे करके घटनावां हो रही हैं? हूँ गुंडाराज ही कह सकते हैं जी, एक गुंडा राज कोई किसी को कोई समझता नहीं गा। ठीक है आप बारे जो आवाज़ जी बुलंद करनी चाहिए है भी असं ज़्यादा से ज़्यादा आवाज़ बंद कर बुलंद करिए, तो उन्होंने इस चीज़ का बाकी बंदे जो सा ने सेफ हो सकन। सन वीर जिन्होंने दसिया कि किस तरह जी श्रद्धांजलि तौर पर जोड़े मिठे पानी दबीलों लाइया जा रही ने, तो उस तो बाद लंगर भी लगया गया, तो उन्होंने दसिया कि जोड़ा सरकार आ कितने कितने भगवंत मान के बारे उत्ते उंगल चुकी जा रही है कि भगवंत मान के वलों जोड़ा वा यह सब कुछ जी अणगहली की गई है जिदे करके जो एडा वड्डा जो हादसा सिद्धू मूसेवाले होया वा, तो जी तो लोगों के कितने कितने रोस जरा जरूर नज़र आ रहा वा, तुम बड़े रहो साढ़े
कैमरा परसन बलबीर मंटिया, नीरज कुमार, रिपोर्ट प्राइम मोदे, लुधियाना।